नमस्कार जी। आरटीवी वन देखने वाले प्यारे दर्शकों, आप जी पता है कि समय समय के नाल नाल असी कई तरह के शो, कई तरह के प्रोग्राम थानू लेके करते रहते हैं। तो अज एक स्पैशल जी गलबात भी करांगे, तो थानू कुछ जादू के शो भी दिखावांगे। साढ़े नाल मशहूर जादूगर अनिल कुमार जी, तो मैं कहते नहीं होंगे भी कई बार आप टोलन चलते हैं, ये साढ़े रोपड़ शहर के ही रहने वाले ने, तो इत पढ़े ने, तो इत अपना कारोबार करते हैं। तो अनिल कुमार जी, थोड़ा स्वागत है साढ़े इस चैनल दे विच। होर सुनाओ, ठीक ठाक है? वाजी वधिया, बहुत वधिया। रोपड़ दे विच ही रहने हो? हाँ जी, रोपड़ जी रहिश हैगी है जी जी। तो मैं थोड़ी थोड़ा जहा थोड़ी झात मारांगा थोड़ी जिंदगी बारे। हाँ जी। तो रोपड़ तो किस तरह स्टार्ट हुई जिंदगी थोड़ी, पढ़ाई लिखाई का पहला दसो जरा। पढ़ाई लिखाई तो शुरू तो इतने लोकल ही साढ़े असी रोपड़ जी पढ़े हैं जी, गांधी स्कूल च जी जी जी। तो उस तो बाद डिप्लोमा किया मकैनिकल का, ITI रेडियो टीवी दी रेडियो होंदी सीगी। ओके ओके। हुण इलैक्ट्रॉनिक वगैरह नाम हो गए उन्होंने जी जी जी। तो रेडियो टीवी का कोर्स सीगा वो किया सीगा जी। फिर दुकान नहीं खोली रेडियो टीवी दी? नहीं, दुकान नहीं, एक दो बार दुकाना ते काम किया जी थोड़ी देर। किसे कोल? हाँ जी, रोपड़ दे जिहड़े मशहूर किसे कोल काम किया? रोपड़ ते हुण तां उह दुकानां ही नहीं रहियां, बड़ी पुरानी गल है, हुण तां हो गई जी जी। पर पहला वैसे रेडियो टीवी दा बड़ी वड्डी चीज सी। हाँ जी, उदों इह बड़ा फेमस सीगा भी हरेक नूं इह लगदा सीगा भी रेडियो टीवी सिखणा, रेडियो टीवी दी इह क्यों क्यों तुहाडे मन दे विच आया भी इही सिख सकीए? उह ਇਹ ਅਲੱਗ ਜਿਹੀ ਜੋਬ ਸੀਗੀ ਜੀ, ਇਲੈਕਟ੍ਰੋਨਿਕ ਨਾਲ ਤੱਲਕ ਦੀ। ਦੂਜੇ ਇੱਕ ਗੱਲ ਹੋਰ ਸੀਗਾ ਵੀ ਇੱਕ ਲੋਕ ਜਾਦੂਗਰ ਹੀ ਕਹਿੰਦੇ ਸੀ ਉਹਨਾਂ ਨੂੰ ਉਸ ਵੇਲੇ, ਕਿਉਂਕਿ ਹਵਾ ਦੇ ਵਿੱਚ ਆਵਾਜ਼ ਆਉਣੀ ਹੈ, ਬਿਨਾਂ ਤਾਰ ਤੋਂ ਆਵਾਜ਼ ਆਉਣੀ ਹੈ, ਉਹ ਸਾਰਾ ਸਿਗਨਲ ਹਵਾ 'ਚ ਚੱਲਦਾ ਹੈਗਾ ਉਹਦਾ। ਮੈਨੂੰ ਤਾਂ ਲੱਗਦਾ ਵੀ ਉੱਥੋਂ ਤੁਸੀਂ ਜਾਦੂਗਰ ਵਾਲੇ ਪਾਸੇ ਨਹੀਂ ਬਣਨਾ। ਅਤੇ ਚਲੋ, ਬੜੀ ਵਧੀਆ ਗੱਲ ਹੈ, ਕਿਉਂਕਿ ਉਸ ਵੇਲੇ ਦੇ ਜਿਹੜਾ ਮਨੋਰੰਜਨ ਦਾ ਸਾਧਨ ਤਾ ਉਹ ਬਹੁਤ ਵੱਡਾ ਸੀ, ਰੇਡੀਓ ਟੀਵੀ। ਹਾਂਜੀ ਹਾਂਜੀ। ਅਤੇ ਉਸ ਤੋਂ ਬਾਅਦ ਫਿਰ ਨੌਕਰੀ ਕਰਨ ਲੱਗ ਗਏ? ਹਾਂਜੀ, ਫਿਰ ਮੈਂ ਸਰਵਿਸ ਕਰਨ ਲੱਗ ਗਿਆ ਜੀ। ਆਪਣੇ ਮੋਹਾਲੀ ਫਰਮ ਹੈਗੀ ਸੀ ਇੱਕ, ਪੰਜਾਬ ਵਾਇਰਲੈਸ ਸਿਸਟਮ ਲਿਮਿਟਡ, ਸੈਮੀ ਗਵਰਨਮੈਂਟ ਦੀ ਸੀਗੀ ਜੀ। ਅਤੇ ਉੱਥੇ ਫਿਰ ਮੈਂ ਜੁਆਇਨ ਕਰ ਲਿਆ ਜੀ। ਉੱਥੇ ਮੈਂ 17 ਸਾਲ ਨੌਕਰੀ ਕੀਤੀ ਹੈ ਜੀ। 17 ਸਾਲ ਨੌਕਰੀ ਕੀਤੀ? ਹਾਂਜੀ, ਮੈਂ 82 'ਚ ਜੁਆਇਨ ਕੀਤਾ ਸੀਗਾ। ਉਹਦੇ 'ਚ ਫਿਰ ਕਿਸ ਤਰ੍ਹਾਂ ਦੀ ਜੋਬ ਸੀ ਤੁਹਾਡੀ? ਉਹਦੇ 'ਚ ਮੇਰੀ ਟੈਕਨੀਕਲ ਜੋਬ ਸੀਗੀ ਜੀ ਜੀ ਜੀ। ਵਾਇਰਲੈਸ ਸੈੱਟ ਬਣਦੇ ਸੀ, ਕਮਿਊਨੀਕੇਸ਼ਨ ਸਿਸਟਮ ਦਾ ਸੀਗਾ ਸਾਰਾ, ਮਨੇ ਰੇਡੀਓ ਟੀਵੀ ਵਾਲੇ ਕੰਮ ਆ ਗਿਆ। ਹਾਂਜੀ ਹਾਂਜੀ, ਉਸ ਇਹਦੇ ਨਾਲ ਹੀ ਤਲਕ ਸੀਗਾ ਸਾਰਾ ਉਸ ਚੀਜ਼ ਦਾ ਜੀ। ਉਦੋਂ ਫਿਰ 17 ਸਾਲ ਮੈਂ ਉੱਥੇ ਨੌਕਰੀ ਕੀਤੀ ਹੈ। ਫਿਰ ਕੁਛ ਇਹੋ ਜਿਹੇ ਹਾਲਾਤ ਬਣਦੇ ਗਏ ਜੀ, ਫੈਕਟਰੀ ਬੰਦ ਹੋ ਗਈ ਜੀ, ਇਹ ਕੋਈ 90 ਦੇ ਕਰੀਬ ਆ ਕੇ ਜੀ 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 ਜੀ। ਫਿਰ ਉਹ ਛੱਡ ਗਏ ਸੀ ਰੋਪੜ, ਫਿਰ ਆ ਗਏ ਦੁਬਾਰਾ। ਅੱਛਾ, ਮੈਨੂੰ ਤੁਹਾਡੇ ਬਾਰੇ ਜਿਹੜਾ ਸਾਨੂੰ ਪਤਾ ਲੱਗਿਆ ਸੀਗਾ ਵੀ ਤੁਸੀਂ ਜ਼ਿਆਦਾ ਤੁਹਾਡੇ ਜਿਹੜੇ ਹੱਥੀਂ ਸਫਾਈ ਵਾਲੇ ਕੰਮ ਤੁਸੀਂ ਕਰਦੇ ਹੈ, ਹੱਥੀਂ ਸਫਾਈ 'ਚ ਕਿਤੇ ਕਿਹੜੀ ਕਿਹੜੀ ਸਫਾਈ ਕਰ ਜਾਂਦੇ ਕਿਤੇ, ਜਾਦੂ ਦਾ ਹੀ ਕੰਮ ਕਰਦੇ ਹੈ? ਜਾਦੂ ਇਹ ਮੇਰਾ ਸ਼ੌਂਕ ਹੈ ਜੀ ਸ਼ੁਰੂ ਤੋਂ। ਨਹੀਂ, ਇੱਕ ਤੁਹਾਨੂੰ ਪਤਾ ਲੱਗਿਆ ਸੀ ਵੀ ਹੁਣ ਵੀ ਤੁਸੀਂ ਮਕੈਨਿਕ ਹੈ ਤਕੜੇ, ਸ਼ੋਪ ਵੀ ਕਰਦੇ ਹਾਂ ਇਸ ਵਾਰ, ਮੇਰੀ ਸ਼ੋਪ ਹੈਗੀ ਆ, ਰਿਪੇਅਰ ਸ਼ੋਪ ਹੈ। ਹਾਂ, ਅਤੇ ਘਰੇਲੂ ਸਾਰੀਆਂ ਆਈਟਮਾਂ ਮੈਂ, ਕਈ ਵਾਰੀ ਗਾਹਕ ਤੁਹਾਡੇ ਕੋਲ ਆਉਂਦੇ ਹੋਣੇ ਲੈ ਕੇ ਕੋਈ ਸਟੋਪ ਜਾਂ ਕੁਛ ਲੈ ਕੇ, ਕਿਤੇ ਜਾਦੂ ਨਾਲ ਤਾਂ ਨਹੀਂ ਉਹਨੂੰ ਦੱਸਦੇ ਵੀ ਲੈ ਠੀਕ? ਕਈ ਵਾਰ ਸ਼ਿਵਲ ਹੋ ਵੀ ਜਾਂਦਾ ਵਿੱਚ ਨੂੰ। ਅੱਛਾ, ਕਈ ਵਾਰ ਗਾਹਕ ਇਹੋ ਜਿਹਾ, ਸਾਨੂੰ ਪਤਾ ਹੁੰਦਾ ਵੀ ਚੀਜ਼ ਠੀਕ ਹੈਗੀ ਹੈ। ਜੀ ਜੀ ਜੀ। ਕਈ ਵਾਰ ਨਾ ਮੈਂ ਤੁਹਾਨੂੰ ਛੋਟਾ ਜਿਹਾ ਕਿੱਸਾ ਦੱਸਦਾ, ਇਹ ਮਿਕਸੀ ਹੈ ਜਿੱਦਾਂ ਜੀ, ਉਹਦੇ ਥੱਲੇ ਇੱਕ ਬਟਨ ਹੁੰਦਾ, ਆਟੋ ਲੋਡ ਦਾ ਸੁੱਚ ਹੁੰਦਾ ਜੀ ਜੀ, ਆਟੋ ਕੱਟ, ਤਾਂ ਉਹ ਜਦ ਜ਼ਿਆਦਾ ਲੋਡ ਪੈਂਦਾ ਨਾ ਉਹਦੇ 'ਤੇ ਉਹ ਟ੍ਰਿਪ ਕਰ ਜਾਂਦਾ, ਉਹਦੇ 'ਚ ਕਰਨਾ ਕੁਛ ਨਹੀਂ ਹੁੰਦਾ, ਵੀ ਉਹ ਦੱਬਣਾ ਹੁੰਦਾ, ਦੱਬਣਾ ਹੁੰਦਾ, ਰੀਸੈਟ ਕਰਨਾ ਹੁੰਦਾ, ਉਹ ਗਾਹਕ ਨੂੰ ਨਹੀਂ ਕਈ ਵਾਰ ਪਤਾ ਹੁੰਦਾ। ਅੱਛਾ, ਸਾਡੇ ਗਾਹਕ ਤਾਂ ਪੱਕੇ ਆ, ਪੁਰਾਣੇ ਹੈਗੇ ਆ, ਅਸੀਂ ਉਹਨਾਂ ਤੋਂ ਇਸ ਚੀਜ਼ ਦਾ ਲੈਣਾ ਕੁਛ ਨਹੀਂ, ਲੈਣਾ ਕੁਛ ਨਹੀਂ ਹੁੰਦਾ। ਉਦੋਂ ਫਿਰ ਇਹੋ ਜਿਹੇ ਸ਼ੁਗਲ ਹੋ ਜਾਂਦੇ ਆ, ਮੈਂ ਪੁੱਛ ਲੈਂਦਾ ਉਹਨਾਂ ਵੀ ਪੈਸੇ ਲਾਉਣੇ ਆ ਕਿ ਇੱਦਾਂ ਹੀ ਠੀਕ ਕਰ ਦਿੰਦੇ ਠੀਕ ਕਰਦੇ ਆ। ਅੱਛਾ, ਲੋਕ ਵੀ ਸਮਝਦੇ ਆ ਵੀ ਇਹ ਜਾਦੂ ਕਰਦਾ ਵਿੱਚ, ਭਾਈ ਇਹ ਪਤਾ ਨਹੀਂ ਜਾਦੂ ਕਰਕੇ ਦਿਖਾਊਗਾ। ਨਹੀਂ, ਵੈਸੇ ਲੋਕਾਂ ਨੂੰ ਪਤਾ ਵੀ ਤੁਸੀਂ ਜਾਦੂਗਰ ਕਰਦੇ ਆ ਮਾੜਾ ਮੋਟਾ? ਇਹ ਹੁਣ ਪਤਾ ਲੱਗਣ ਲੱਗ ਗਿਆ ਜੀ। ਪਹਿਲਾਂ ਤੁਸੀਂ ਦੱਸਿਆ ਨਹੀਂ ਲੋਕਾਂ ਨੂੰ? ਨਹੀਂ ਦੱਸਿਆ ਨਹੀਂ ਪਹਿਲਾਂ, ਐਕਚੁਅਲੀ ਹੁਣ ਮੈਂ ਫੇਸਬੁੱਕ 'ਤੇ ਥੋੜ੍ਹਾ ਜਿਹਾ, ਮੇਰੇ ਯਾਰ ਮਿੱਤਰ ਸੋਸ਼ਲ ਮੀਡੀਆ 'ਤੇ ਨਹੀਂ ਸੀ ਪਹਿਲਾਂ? ਹਾਂਜੀ ਹਾਂਜੀ। ਪਰ ਲੇਕਿਨ ਤੁਸੀਂ ਇਹਨੂੰ ਉਹ ਨਹੀਂ ਬਣਾਇਆ ਹੈਗਾ, ਪੇਸ਼ਾ ਨਹੀਂ ਬਣਾਇਆ? ਨਹੀਂ, ਪੇਸ਼ਾ ਨਹੀਂ ਬਣਾਇਆ, ਮੇਰਾ ਸ਼ੌਂਕ ਹੀ ਸੀਗਾ ਜੀ ਜੀ। ਅਤੇ ਮੈਨੂੰ, ਮੈਂ ਦੇਖਦਾ ਸੀਗਾ, ਮੈਜਿਕ ਦੇਖਦਾ ਸੀਗਾ, ਤਾਂ ਮੈਂ ਟੈਕਨੀਕਲ ਮਾਈਂਡ। ਕਿਹੜੇ ਜਾਦੂਗਰ ਆ ਜਿਹਨਾਂ ਨੇ ਤੁਸੀਂ ਦੇਖਦੇ ਰਹਿੰਦੇ ਜ਼ਿਆਦਾ?
ਆਪਣੇ ਮਸ਼ਹੂਰ ਹੈਗੇ ਮੇਨ ਤਾਂ ਇੱਕ ਡੇਵਿਡ ਬਲੇਨ ਹੈ ਜੀ, ਜੀ ਤੇ ਇੱਕ ਡਾਇਨਮੋ ਹੈਗਾ ਬਹੁਤ ਮਸ਼ਹੂਰ ਬੰਦਾ, ਪਿੱਛੇ ਜੇ ਟੀਵੀ ਤੇ ਆਉਂਦਾ ਰਿਹਾ ਜੀ ਜੀ ਹੈਗਾ। ਜੀ ਹਾਂ, ਮੈਂ ਉਹਨਾਂ ਤੋਂ ਇੰਸਪਾਇਰ ਹੈਗਾ, ਉਹਨਾਂ ਦੀਆਂ ਟ੍ਰਿਕਾਂ ਦੇਖਦਾ ਰਿਹਾ, ਤਾਂ ਫਿਰ ਮੈਂ ਟੈਕਨੀਕਲ ਮਾਈਂਡ ਹੋਣ ਦੇ ਨਾਤੇ ਮੈਂ ਖੁਦ ਤੁਸੀਂ ਤਿਆਰ ਕਰਦਾ। ਤੁਸੀਂ ਇਹ ਪਹਿਲਾਂ ਜਦੋਂ ਪੜ੍ਹਨ ਵੇਲੇ ਦੀ ਸੀ ਕਿ ਬਾਅਦ ਦੇ ਵਿੱਚ ਇਦਾਂ ਦੇ ਵਿਆਸ ਨੂੰ ਮੁੜੇ? ਇਹ ਬਾਅਦ ਚੋਂ ਹੀ ਹੋਇਆ ਜੀ, ਇਹ ਯਾਨੀ ਕਿ ਜਿਹੜਾ ਜਿਹੜਾ ਕਰਤੱਵ ਦਿਖਾਉਣ ਲੱਗੇ ਬਾਅਦ 'ਚ ਹੋਇਆ? ਹਾਂਜੀ ਹਾਂਜੀ। ਅਤੇ ਚਲੋ ਬਹੁਤ ਵਧੀਆ ਗੱਲ ਹੈ। ਅਤੇ ਇਸ ਵੇਲੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰਿਵਾਰ 'ਚ ਮੇਰੇ ਦੋ ਬੱਚੇ ਹੈ ਜੀ, ਜੀ ਅਤੇ ਦੋਨਾਂ ਨੇ ਡਿਗਰੀ ਕੀਤੀ ਹੋਈ ਹੈਗੀ ਹੈ। ਇੱਕ ਤਾਂ ਦਿੱਲੀ ਜੋਬ ਕਰ ਰਿਹਾ ਜੀ ਜੀ ਨੋਇਡਾ 'ਚ, ਅਭਿਸ਼ੇਕ ਜੀ ਹੈਗਾ ਉਹਦਾ ਨਾਮ, ਅਤੇ ਛੋਟਾ ਇੱਕ ਉਹਨੇ ਮਕੈਨੀਕਲ ਦੀ ਕੀਤੀ ਹੋਈ ਹੈ ਜੀ, ਉਹਦਾ ਨਾਮ ਸੰਕੇਤ ਹੈਗਾ, ਉਹ ਫਿਲਹਾਲ ਇੱਥੇ ਘਰ ਹੁੰਦਾ। ਘਰੇ ਹੁੰਦਾ? ਅੱਛਾ। ਹਾਂ, ਥੋੜ੍ਹਾ ਜਿਹਾ ਕਰੋਨਾ ਵੀ ਚੱਲ ਰਿਹਾ ਥੋੜ੍ਹਾ ਜਿਹਾ, ਵੀ ਚਲੋ ਬਾਹਰ ਵੀ ਨਹੀਂ ਨਿਕਲਦੇ ਹੁਣ ਬੱਚੇ। ਹਾਂਜੀ ਹਾਂਜੀ, ਉਹ ਥੋੜ੍ਹੇ ਜਿਹੇ ਬਾਹਰ ਘੱਟ ਹੀ ਨਿਕਲਦਾ ਜੀ। ਵੈਸੇ ਤੁਸੀਂ ਬੱਲੂ ਜੀ ਨਾਲ ਵੀ ਕਾਫੀ ਮੈਂ ਦੇਖਦਾ ਰਹਿੰਦਾ, ਉਸ ਕਰਦੇ ਰਹਿੰਦੇ ਕੁਛ ਕੁਛ? ਹਾਂਜੀ, ਬੱਲੂ ਜੀ ਦਾ ਮੇਰੇ 'ਤੇ ਕਾਫੀ ਅਸਰ ਹੈਗਾ ਜੀ। ਜੀ ਐਕਚੁਅਲੀ ਇਹ ਸਾਰਾ ਕੁਛ ਕਰਾਉਣ ਵਾਸਤੇ ਇਹਨਾਂ ਦਾ ਹੀ ਹੱਥ ਹੈ। ਅੱਛਾ ਜੀ। ਮੈਂ ਦਰਅਸਲ ਬੰਸਰੀ ਵਜਾਉਂਦਾ ਸੀ ਕੋਈ 25-30 ਸਾਲ ਪਹਿਲਾਂ ਜੀ, ਜਿੱਦਾਂ ਰਾਮਲੀਲਾ 'ਚ ਵਜਾ ਲਈ, ਉੱਧਰ ਵਜਾ ਲਈ, ਬੰਸਰੀ ਵਜਾ ਲੈਂਦੇ ਸੀ? ਹਾਂਜੀ, ਉਦੋਂ ਮੈਂ ਬੰਸਰੀ ਵਜਾਉਂਦਾ ਹੁੰਦਾ ਸੀਗਾ। ਅੱਛਾ ਜੀ, ਅੱਛਾ। ਅਤੇ ਉਹ ਮੈਂ 25-30 ਸਾਲ ਪਹਿਲਾਂ ਸਰ ਨੌਕਰੀ 'ਚ ਪੈ ਗਿਆ, ਮੈਂ ਛੱਡਤੀ ਵਿੱਚ ਨੂੰ, ਉਹ ਇੰਨਾ ਗੈਪ ਪੈ ਗਿਆ, ਮੈਂ ਭੁੱਲ ਗਿਆ ਸਾਰਾ ਕੁਛ। ਹਾਂ, ਪ੍ਰੈਕਟਿਸ ਜਦੋਂ ਛੱਡ ਦਿੰਦੇ। ਹਾਂਜੀ, ਆ 2-3 ਸਾਲਾਂ ਤੋਂ ਨਾ ਬੱਲੂ ਜੀ ਦੁਬਾਰਾ ਮੈਨੂੰ ਮਿਲੇ ਰਾਮਲੀਲਾ 'ਚ, ਇਹਨਾਂ ਨੇ ਮੈਨੂੰ ਦੁਬਾਰਾ ਉਹ ਕਰਵਾਤਾ। ਬੰਸਰੀ ਘਰੇ ਪਈ ਸੀ? ਬੰਸਰੀ ਨੇ ਫਿਰ ਦੁਬਾਰਾ ਖਰੀਦੀਆਂ ਜੀ ਇਹਨਾਂ ਦੇ ਕਹਿਣ 'ਤੇ। ਇਹ ਕਹਿੰਦੇ ਨਹੀਂ ਤੁਸੀਂ ਸ਼ੁਰੂ ਕਰੋ ਇਹ ਕੰਮ ਦੁਬਾਰਾ, ਤੁਹਾਨੂੰ ਆਉਂਦਾ ਹੈਗਾ। ਅਤੇ ਮੈਂ ਤੁਹਾਡੀ ਸਕਿੱਟਾਂ ਵੀ ਦੇਖੀਆਂ ਹੈਗੀਆਂ, ਬੰਸਰੀ ਦਾ ਤੁਹਾਡੀ ਬਜਦੀ ਹਾਲੇ ਮੈਂ ਦੇਖੀ ਨਹੀਂ ਹੈਗੀ, ਪਰ ਤੁਹਾਡੀਆਂ ਮੈਂ ਕੁਛ ਸਕਿੱਟਾਂ ਮੈਨੂੰ ਬੱਲੂ ਨੇ ਦਿਖਾਈ ਸੀ। ਅੱਛਾ। ਮੈਂ ਇਹਨਾਂ ਨੂੰ ਫਿਰ ਕਿਹਾ ਸੀ ਤੁਸੀਂ ਲੈ ਕੇ ਆਓ ਸਾਡੇ ਸਟੂਡੀਓ। ਅੱਛਾ ਜੀ। ਅਤੇ ਅਸੀਂ ਤੁਹਾਡਾ ਬਹੁਤ ਇੱਥੇ ਉਹ ਕਰਦੇ ਹਾਂ, ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੇ ਸਟੂਡੀਓ 'ਚ ਆਏ ਹਾਂ। ਅਤੇ ਦੂਜੀ ਗੱਲ, ਸਾਨੂੰ ਇੱਕ ਬੰਸਰੀ ਦੀ ਆਈਟਮ ਕੋਈ ਮਾੜਾ ਜਿਹਾ ਦਰਸ਼ਕਾਂ ਨੂੰ ਸਾਰਿਆਂ ਨੂੰ ਸੁਣਾ ਸਕਦੇ ਹੋ ਤਾਂ ਦੇਖ ਲਓ। ਹਾਂਜੀ, ਜ਼ਰੂਰ। ਅਤੇ ਬੰਸਰੀ ਆਪਣੀ ਕੱਢ ਲਓ, ਕਿੱਥੇ ਵੀ ਹੈਗੀ ਹੈ। ਹਾਂਜੀ ਪਿਆਰੇ ਦਰਸ਼ਕੋ, ਹੁਣ ਤੁਸੀਂ ਸੁਣਦੇ ਆ ਬੰਸਰੀ। ਬੰਸਰੀ ਤੁਹਾਡੇ ਸਾਹਮਣੇ ਹੱਥਾਂ ਦੇ ਵਿੱਚ ਅਨਿਲ ਦੇ, ਤੁਸੀਂ ਦੇਖ ਹੀ ਰਹੇ ਹੋ, ਕਿਉਂਕਿ ਬੰਸਰੀ ਇੱਕ ਇਹੋ ਜਿਹਾ ਸਾਜ਼ ਹੈ ਜਿਹਨੂੰ ਹਰ ਇੱਕ ਆਦਮੀ ਨਹੀਂ ਵਜਾ ਸਕਦਾ ਹੈਗਾ। ਜਿਹੜਾ ਇਹਨੂੰ ਵਜਾਉਂਦਾ ਹੈ ਇਹਦਾ ਮਤਲਬ ਕੋਈ ਉਹਦੇ 'ਚ ਕਲਾ ਹੋ ਸਕਦੀ ਹੈ, ਬੰਦੇ 'ਚ ਹੁੰਦੀ ਹੈ ਉਹ। ਅਤੇ ਸੁਣਾਓ ਜੀ, ਬੰਸਰੀ ਦੇ ਵਿੱਚ ਤੁਸੀਂ ਕੀ ਸੁਣਾਓਗੇ ਜੀ? ਮੈਂ ਭਜਨ ਸੁਣਾ ਦਿੰਦਾ ਜੀ। ਚਲੋ ਸ਼ੁਰੂਆਤੀ ਤੌਰ 'ਤੇ ਭਜਨ ਸ਼ਰੀਕ ਹੈ, ਕਿਉਂਕਿ ਇਸ ਵੇਲੇ ਕਰੋਨਾ ਦਾ ਵੀ ਚੱਲ ਰਿਹਾ ਜੀ।
वाह जी वाह, वाह जी वाह, बहुत वधिया बहुत वधिया। बड़ी देर इधर भाई भजिंदर नंद लाला नंद लाला धार्मिक तेरी सिंह। राहत अगे ब्रिज वाला। जी 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 ते ये जिहड़ी बंसरी दा जिहड़ा कोर्स हुंदा, ये तुसीं किते किसे उस्ताद कोल सिखिया जां अपने आप ही सीखी गए? हाँ जी साढ़े उस्ताद जी अपने सीगे, उन्हों का नाम श्री रतन मसीह पत्ती जी, जी अपने कोटले रहन वाले, उन्हां कोलों पब्लिक रिलेशन से सर्विस करते होंगे सीगे, जी जी उन्हां तो ही अभी सीखी हैगी है। फिर तो चेले काफ़ी होने थोड़े इकट्ठे हो गए कुछ दिन। हाँ जी चेले तो काफ़ी है, अपने रशपाल जी भी उन्होंने चेले है, इकट्ठे ही शुरू किया काम। अच्छा तो इस तरह चलो ये जी बंसरी तुम बजाने अच्छी बजा लेंगे हैं, तो किसी एक सिंगर ना भी कितने जाते हो गाने वास्ते कि वैसे ही शौक ही रखे बस दिल च? नहीं सिंगर ना नहीं, ये भी मेरा बस हॉबी शौक ही शौक समझो, ही रखे। ये भी मैं स्टेज पे प्रोफेशन नहीं तो बनाया बड़े है। जदों असं छोटे छोटे होंगे सके सारे बचपन हों, हाँ जी तो बंसरी जो बजाते तो उन्होंने पहला जाके एक पुछ देंगे सी यार नागण सुना दे। हाँ जी हाँ जी हरेक आदमी बच्चा चाहे कोई सी साढ़े असी भी एक साढ़े एक पिंड आ बंदा हाँ वो जी बंसरी ना हर वेले नाले रखता सी, बंसरी उन्होंने सजा के रखता सी, हाँ कई बंदे बहुत सिंगार के रखते हाँ हैं। सिंगार के रखनी। हाँ तो जी साढ़े वर्गिया ने स्कूल तो जो जाना ना तो उन्होंने असी एक गाना बई जी यार नागण सुना दे, तो नाले ने कहना यार सप्प आ गया को फड़ लूंगा, कहना तुसी नागण के दो बोल सुना सकते जरा? नागन तो देख चलो ट्राई सही बहुत वधिया जी। नागण जिहड़ी हुंदी आ सी नागण तां नहीं बजाई वी, सप्प ना आ जावे उहदे फड़ने वाला साडे कोल कोई है नहीं। ते बहुत वधिया जी तुसीं। अच्छा जिहड़ी बंसरी मैं देखदा हुंदा सीगा साडे ओह हुंदे सीगे जिहड़े कि वीरे बचपन दे विच हरेक बंदा इलती हुंदा है ते बंसरी लघो देनी जां चक लेनी जां इहदे विच दुद्ध भी पाउंदे हुंदे सीगे वी जी वी इहनूं आवाज़ दी बनाउण वास्ते हाँ जी कई वो तरहां दे। एक्चुअली ये बांस हुंदा है, ये स्पेशल बांस दी हुंदी है, असाम दा बैंबू हुंदा है जिहदी ये बनदी है, जब नमी बनती है खुश्क हुंदा बांस, जी खुश्क होण दी वजह करके इहदी जिहड़ी आवाज है ना वो कई बार निकलती नहीं बाहर पूरी, आवाज फिर फटन लग जाती है, जी जी जो साउंड बेस बन के आना चाहिए ठीक है उन्हों फिर असी वो करन वास्ते या तो कई लोग दुध पा लेंदे है असी या तेल च डबो लेंदे हैगे है, ते असी तेल च भी डबो के रख ली दी है, लस्सी पा लेंदे कई बंदे पा के रख यानी दी, खुश्की जी दूर करनी है मतलब खुश्की वो करन वास्ते ना, या नहीं तो कई बार तिड़क भी जाती है बंसरी, अब मौसम जा कई बार फर्क पैंदा ना गर्मी सर्दी का। चलो बहुत वधिया तुसीं बंसरी का जिहड़ा थोड़ा किस्सा सीगा थोड़ा बड़ा वधिया लग्गिया। तो आपां हुण अगले अगे तो चलते हैं, तो मेन चीज़ जिहड़ी करके थोनों मैं इत्थे बुलाया है जादू मैजिक शो जिहनूं आपां कहिंदे आ हाँ जी वी हो ये एक्चुअली क्या चीज़ हुंदी है मैजिक शो किहनूं कहिंदे आ, किवें लोगों को बेवकूफ बनाया जाता, लोगों की अखा च घट्टा पाते नहीं कट्टा तो नहीं बेवकूफ तो नहीं बनाते, एक्चुअली असी तो एंटरटेनमेंट हाँ करते नहीं हैं नहीं कहने लोगों का का, मतलब भी दूजे नूं करना जादू बजाते कुछ है नहीं कोई चीज, कि लोग नोट वाले ढेर ला देने कोई ऐ कर जादू देने कहते होंगे भी देखने वाले की अखा च है हाँ। जादू। तुसीं एक अखा के सामने किसी की अखा के सामने आप हेर फेर जिन्हों आप पंजाबी कह दिए कर देना हाँ उन्होंने जी पता नहीं लगन देना हाँ इन्हू जी जादू कहने हैं। हाँ बस वो जिहड़ी स्पीड है ना अख दी, जिदा टीवी च फ्रेम चलते हैगे है, जिहड़े वीडियो चलती हैगी है वी उह इन्ने सकिंट उहदे ते अख ते असर रहिंदा, जे 19 सकिंट च बदल दो तां उह असर पुराना बंदा जदों दिखदा रहिंदा। जिवें कि आपां अखां नूं झमकदे हैं हाँ जी वो अगले नूं पता भी इन्नी सैकंड बाद अख झमक होनी हाँ है, 19
ਜੇ ਤੇਜ਼ੀ ਨਾਲ ਤੁਸੀਂ ਉਹ ਚੀਜ਼ ਕੰਮ ਕਰਦੇ ਹੋ ਤਾਂ ਉਹਨੂੰ ਪਤਾ ਨਹੀਂ ਲੱਗਣਾ, ਪਤਾ ਨਹੀਂ ਲੱਗਣਾ। ਅੱਖ ਚਮਕ ਦਾ, ਲਾਈਟਿੰਗ ਦਾ ਔਰ ਇਸ ਚੀਜ਼ ਦਾ ਤਾਲਮੇਲ ਹੈਗਾ। ਹਾਂ, ਅੱਖ ਚਮਕਣ ਦੇ ਨਾਲ ਜਿਹੜਾ ਤੁਸੀਂ ਉਹਨੂੰ ਬਦਲ ਦਿੰਦੇ ਹੋ ਸਵਾਲ ਨੂੰ। ਹਾਂਜੀ, ਠੀਕ ਹੈ, ਠੀਕ ਹੈ। ਅਤੇ ਜਿਵੇਂ ਕਿ ਤੁਸੀਂ, ਮੈਂ ਦੇਖਿਆ ਤੁਹਾਡੀਆਂ ਵੀਡੀਓਜ਼ ਦੇ ਵਿੱਚ ਕਾਫੀ ਤੁਸੀਂ ਮੈਜਿਕ ਸ਼ੋਅ ਕਰਦੇ ਹਾਂ ਕਿ ਡੱਬੇ ਦੇ ਵਿੱਚੋਂ ਵੀ ਕੀ ਚੀਜ਼ਾਂ ਕੱਢ ਕੇ ਰੱਖ ਦਿੰਦੇ ਹਾਂ। ਹਾਂਜੀ, ਅਤੇ ਕਈ ਵਾਰੀ ਆਪਾਂ ਹੋਰ ਸ਼ੋਅ ਵੀ ਲੋਕਾਂ ਦੇ ਦੇਖਦੇ ਹਾਂ ਅਤੇ ਉਹਦੇ ਵਿੱਚ ਖੜਾ ਹੋ ਕੇ ਕਹਿੰਦਾ ਕੀ ਲੈਣਾ, ਉਹ ਕਹਿੰਦਾ ਬਰਫੀ ਲਿਆ ਦਿਓ ਜੀ, ਕੋਈ ਕਹਿੰਦਾ ਪੈਸੇ ਦੇ ਦਿਓ ਜੀ, ਇਹ ਸਾਰਾ ਕੁਛ ਹੁੰਦਾ। ਅਤੇ ਮੈਂ ਅੱਜ ਦਰਸ਼ਕਾਂ ਨੂੰ ਕੋਈ ਕਿੰਨੇ ਕੁ ਟ੍ਰਿਕ ਤੁਸੀਂ ਦਿਖਾ ਸਕਦੇ ਹੋ? ਮੈਂ ਕੋਸ਼ਿਸ਼ ਕਰੂੰਗਾ ਜੀ, ਜੋ ਹੈਗੀਆਂ ਆਈਟਮਾਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼। 5-4 ਆਈਟਮਾਂ ਹੈਗੀਆਂ। ਹਾਂਜੀ ਹਾਂਜੀ। ਅਤੇ ਮੈਂ ਦਰਸ਼ਕਾਂ ਨੂੰ ਕਰਦਾ ਵੀ ਦਰਸ਼ਕੋ, ਇਹ ਸਾਡਾ ਪ੍ਰੋਗਰਾਮ ਜਿਹੜਾ ਪਹਿਲਾਂ ਇੰਟਰੋਡਕਸ਼ਨ ਸੀਗਾ, ਅਤੇ ਸਾਡੇ ਅਨਿਲ ਕੁਮਾਰ ਜੀ ਜਿਨ੍ਹਾਂ ਨਾਲ ਸਾਡੀ ਪਹਿਲੀ ਮੁਲਾਕਾਤ ਜਿਹੜੀ ਹੈ ਸਾਡੇ ਰੋਪੜ TV 1 ਦੇ, ਯਾਨੀ ਕਿ RTV 1 ਦੇ ਸਟੂਡੀਓ ਦੇ ਵਿੱਚ ਹੋਈ ਹੈ। ਅਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਕੋਈ ਵੀ ਸਾਡੇ ਇਸ ਚੈਨਲ ਦੇ ਰਾਹੀਂ ਕੋਈ ਵੀ ਪ੍ਰਮੋਸ਼ਨਲ ਇੰਟਰਵਿਊ ਜੋ ਕੋਈ ਕਰਾਉਣਾ ਚਾਹੁੰਦਾ ਹੋਵੇ ਤਾਂ ਸਾਡੇ ਜਿਹੜੇ ਨੰਬਰ ਦਿੱਤੇ ਹੋਏ ਨੇ ਉਹਨਾਂ 'ਤੇ ਤੁਸੀਂ ਸੰਪਰਕ ਕਰਕੇ ਟਾਈਮ ਲੈ ਸਕਦੇ ਹੋ, ਬਕਾਇਦਾ ਟਾਈਮ ਲੈ ਸਕਦੇ ਹੋ। ਤੁਹਾਡੇ ਤੁਹਾਨੂੰ ਸਾਡੇ ਸਟੂਡੀਓ ਆਉਣ ਦੀ ਲੋੜ ਨਹੀਂ ਹੈ, ਜੇ ਤੁਸੀਂ ਜਿੱਥੇ ਵੀ ਹੈ ਤੁਹਾਡੇ ਨਾਲ ਸਾਡੀ ਜਿਹੜੀ ਟੀਮ ਹੈ ਉਹ ਸੰਪਰਕ ਕਰੇਗੀ ਅਤੇ ਤੁਸੀਂ ਜੋ ਉਹਨਾਂ ਦੀਆਂ ਹਦਾਇਤਾਂ, ਜੋ ਉਹਨਾਂ ਦੇ ਰੂਲ ਹੈਗੇ ਆ ਉਹਦੇ ਫੋਲੋ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਅਤੇ ਆਓ ਹੁਣ ਦੇਖਦੇ ਹਾਂ ਕੁਛ ਜਾਦੂ ਦੇ ਟ੍ਰਿਕ। ਰੋਪੜ ਦਾ ਜਿਨ੍ਹਾਂ ਦੇ ਓਨਰ ਹੈਗੇ ਆ ਮਿਸਟਰ ਸ਼ਮਸ਼ੇਰ ਬੱਗਾ ਜੀ, ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਅਤੇ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਉਹਨਾਂ ਦਾ।